ਲੱਗਦੀ ਹੈ ਔਰ ਇਹ ਫਿਰ ਸਤੰਬਰ ਤੋਂ ਬਾਅਦ ਅਸੀਂ ਸਪਰੇਅ ਨਹੀਂ ਸਾਂ ਕਰਦੇ ਹੁੰਦੇ ਹੈ ਸਰ ਤੇ ਹੁਣ ਤੇ ਇਸਲੇ ਪੂਰੇ ਸਾਲ ਦੀ ਫਸਲ ਬਣ ਗਈ ਹੈ ਪੂਰੇ ਸਾਲ ਅਸਲ ਦੇ ਵਿੱਚ ਇਹ ਫਸਲ ਜਿਹੜੀ ਹੈ ਨਾ ਇਹ ਪੂਰੇ ਸਾਲ ਦੀ ਮੈਂ ਅਰਜ਼ ਕਰਾਂ ਕਿ ਸਾਡੇ ਕਿਉਂਕਿ ਸਾਡੇ ਕਣਕ ਦੀ ਵੀ ਜ਼ਰੂਰਤ ਹੈ ਇਸ ਵਾਸਤੇ ਅਸੀਂ ਕਣਕ ਲਾਉਂਦੇ ਹਾਂ ਤੇ ਉਹਦੇ ਤੋਂ ਬਾਅਦ ਕਪਾਹ ਲਾਉਂਦੇ ਹਾਂ ਲੇਕਿਨ ਇਹਦੀ ਸਹੀ ਪੈਦਾਵਾਰ ਲੈਣੇ ਵਾਸਤੇ ਇਹਨੂੰ ਮਾਰਚ ਦੇ ਵਿੱਚ ਹੀ ਬੀਜਣਾ ਅਗਰ ਅੱਛੀ ਪੈਦਾਵਾਰ ਲੈਣੀ ਹੈ ਤੇ ਹੁਣ ਜਦੋਂ ਅਸੀਂ ਮੁਕਾਬਲਾ ਕਰਦੇ ਹਾਂ ਨਾ ਕਹਿੰਦੇ ਜੀ ਅਮਰੀਕਾ 'ਚ ਇੰਨੀ ਪੈਦਾਵਾਰ ਹੈ ਆਸਟ੍ਰੇਲੀਆ 'ਚ ਇੰਨੀ ਪੈਦਾਵਾਰ ਹੈ ਉੱਥੇ ਪੈਦਾਵਾਰ ਤਾਂ ਹੀ ਜ਼ਿਆਦਾ ਆ ਫਸਲਾਂ ਦੀ ਕਿ ਉਹ ਇਸ ਤਰ੍ਹਾਂ ਸਾਡੇ ਤਰ੍ਹਾਂ ਇਹ ਨਹੀਂ ਕਿ ਇੱਕ ਫਸਲ ਵਾਲੇ ਖਲੋਤੀ ਹੈ ਤੇ ਦੂਜੀ ਦੇ ਉਸੇ ਵੇਲੇ ਬੀਜ ਦੇਣੀ ਹੈ ਉੱਥੇ ਤਿੰਨ ਹੁਣ ਅਮਰੀਕਾ ਦੇ ਵਿੱਚ ਆਸਟ੍ਰੇਲੀਆ 3 ਸਾਲਾਂ 'ਚ 2 ਫਸਲਾਂ ਲੈਂਦੇ ਨੇ ਟੋਟਲ ਅਸੀਂ 1 ਸਾਲ 'ਚ ਕਮ ਸੇ ਕਮ 2 ਫਸਲ ਲੈਂਦੇ ਹਾਂ ਔਰ ਸਾਡੇ ਬਹੁਤ ਸਾਰੇ ਜ਼ਿਮੀਦਾਰ 3 ਤੇ 4 ਫਸਲਾਂ ਵੀ ਲੈਂਦੇ ਨੇ ਬਿਲਕੁਲ ਠੀਕ ਅੱਛਾ ਇਸ ਲੇਕਿਨ ਅਗਰ ਜਿਹੜਾ ਤੁਹਾਡਾ ਸਵਾਲ ਹੈ ਉਹ ਇਹ ਹੈ ਕਿ ਸਾਡੀ ਇਹ ਜ਼ਰੂਰਤ ਹੈ ਕਿ ਅਸੀਂ ਕਣਕ ਪੈਦਾ ਕਰੀਏ ਆਪਣੇ ਮੁਲਕ ਲਈ ਅਗਰ ਅਸੀਂ ਕਣਕ ਨਹੀਂ ਬੀਜਾਂਗੇ ਤਾਂ ਸਾਡਾ ਫਿਰ ਕਿਉਂਕਿ ਸਾਡਾ ਸਟੈਪਲ ਫੂਡ ਜਿਹੜਾ ਸਾਡਾ ਹਰ ਬੰਦਾ ਜਿਹੜਾ ਦਿਹਾਤ 'ਚ ਸ਼ਹਿਰ 'ਚ ਕਣਕ ਖਾਂਦਾ ਕਣਕ ਲੇਕਿਨ ਅੱਛੀ ਪੈਦਾਵਾਰ ਲੈਣ ਲਈ ਇਹਦਾ ਟਾਈਮ ਜਿੰਨਾ ਲੰਬਾ ਹੋਏਗਾ ਉਨੀ ਫਿਰ ਪੈਦਾਵਾਰ ਜਿਹੜੀ ਹੈ ਨਾ ਜੀ ਉਹ ਜ਼ਿਆਦਾ ਆਉਂਦੀ ਹੈ ਜਿਹੜੀ ਹੈਗੀ ਅੱਛਾ ਡਾਕਟਰ ਸਾਹਿਬ ਵੇਖੋ ਕਈ ਦੋਸਤ ਨੇ ਸਾਡੇ ਮੈਂ ਸੀਡ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰਾਂਗਾ ਕਿ ਸਾਡੇ ਕਈ ਦੋਸਤ ਨੇ ਉਹ ਆਪਣੀ ਜਿਹੜੀ ਵੀ ਕੋਈ ਚੰਗੀ ਪੈਲੀ ਲੱਗੇ ਨਾ ਉਹਦੀ ਚੁਣਾਈ ਜਿਹੜੇ ਰੱਖ ਕੇ ਅਗਲੇ ਸਾਲ ਵਾਸਤੇ ਬੀਜ ਰੱਖ ਲੈਂਦੇ ਨੇ ਜੀ ਅੱਛਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਇੱਕ ਤਾਂ ਹਾਈਬ੍ਰਿਡਾਈਜੇਸ਼ਨ ਦਾ ਵੀ ਅਮਲ ਆ ਗਿਆ ਕਾਟਨ ਦੇ ਵਿੱਚ ਉਸ ਦੇ ਹਵਾਲੇ ਨਾਲ ਕਿੰਨਾ ਅਹਿਮ ਹੈ ਔਰ ਦੂਸਰਾ ਜਿਹਨਾਂ ਲੋਕਾਂ ਨੇ ਆਪਣੀ ਚੰਗੀ ਪੈਲੀ ਦੇ ਵਿੱਚੋਂ ਅਗਲੇ ਸਾਲ ਬੀਜ ਤਿਆਰ ਕਰਨਾ ਰੱਖਣਾ ਉਹਦਾ ਬੈਸਟ ਟਾਈਮ ਕੀ ਹੈ ਸਿਲੈਕਸ਼ਨ ਦਾ ਮੈਂ ਅਰਜ਼ ਕਰਾਂ ਜੀ ਦੇਖੋ ਜੀ ਬੀਜ ਜਿਹੜਾ ਨਾ ਉਹ ਤੇ ਦੋ ਤਰੀਕਿਆਂ ਨਾਲ ਇੱਕ ਤਾਂ ਹੈ ਨਾ ਜਿਹੜਾ ਤੁਸੀਂ ਫਰਮਾਇਆ ਕਿ ਜ਼ਿਮੀਦਾਰ ਆਪਣਾ ਬੀਜ ਹੀ ਰੱਖ ਲਵੇ ਤੇ ਇੱਕ ਨੇ ਜਿਹੜੀਆਂ ਸਾਡੀਆਂ ਕੰਪਨੀਆਂ ਜਿਹੜੀਆਂ ਨੇ ਪੰਜਾਬ ਸੀਡ ਕਾਰਪੋਰੇਸ਼ਨ ਵੀ ਹੈ ਤੇ ਪ੍ਰਾਈਵੇਟ ਕੰਪਨੀਆਂ ਵੀ ਨੇ ਬਹੁਤ ਸਾਰੀਆਂ ਇਹ ਬੀਜ ਬਣਾਉਂਦੀਆਂ ਨੇ ਇਹ ਸਾਡਾ ਬੀਜ ਇਸ ਵੇਲੇ ਸਾਡੀ ਕਪਾਹ ਦੀ ਜਿਹੜੀ ਘੱਟ ਪੈਦਾਵਾਰ ਹੈ ਉਹਦੇ 'ਚ ਇਹ ਬੀਜ ਜਿਹੜਾ ਅੱਛਾ ਬੀਜ ਨਾ ਹੋਣਾ ਇਹ ਵੀ ਇੱਕ ਬਹੁਤ ਬੜਾ ਮਸਲਾ ਹੈ ਕਿਉਂਕਿ ਸਾਡੀ ਜਿਹੜੀ ਬੀਜ ਦਾ ਅਗਾਓ ਹੈ ਨਾ ਉਹ ਇਸ ਸਾਲ ਵੀ ਪਿਛਲੇ ਸਾਲ ਵੀ ਬਹੁਤ ਘੱਟ ਬੀਜ ਹੈ ਘੱਟ ਉਹਦਾ ਅਗਾਓ ਜਿਹੜਾ ਬਹੁਤ ਘੱਟ ਹੈ ਡਾਕਟਰ ਸਾਹਿਬ ਇਹਦੇ 2 ਗੱਲਾਂ ਹੁੰਦੀਆਂ ਨੰਬਰ 1 ਵਾਈਟੈਲਿਟੀ ਆਫ ਦੀ ਸੀਡ ਹਾਂਜੀ ਹਾਂਜੀ ਉਹਦੇ ਵਿੱਚ ਇਨ ਬਿਲਟ ਕਪੈਸਿਟੀ ਕੀ ਹੈ ਪੈਦਾਵਾਰ ਦੇਣ ਦੀ ਬਿਲਕੁਲ ਸਹੀ ਨੰਬਰ 2 ਅਸੀਂ ਕਹਿੰਦੇ ਹਾਂ ਜਨਰਲੀ ਪਤਾ ਲੱਗਦਾ ਜੀ ਇਹਦਾ ਉਗਾਓ ਹੀ ਘੱਟ ਹੈ ਅਗਾਓ ਘੱਟ ਉਗਾਓ ਘੱਟਦਾ ਤੇ ਇਲਾਜ ਹੈ ਅਸੀਂ ਚੋਪੇ ਲਾ ਲੈਂਦੇ ਹਾਂ ਅਸੀਂ ਬਹੁਤਾ ਸੰਘਣੀ ਲਾ ਲੈਂਦੇ ਹਾਂ ਅਸੀਂ ਛਿਦਰਾਈ ਕਰਕੇ ਫਾਸਲਾ ਪੂਰਾ ਪੌਦੇ ਪੂਰੇ ਮੇਨਟੇਨ ਕਰ ਸਕਦੇ ਹਾਂ ਲੇਕਿਨ ਵਾਈਟੈਲਿਟੀ ਦੇ ਪੁਆਇੰਟ ਆਫ ਵਿਊ ਨਾਲ ਵੀ ਕਿਆ ਕੋਈ ਐਸੀਆਂ ਪਰੇਸ਼ਾਨੀ ਵਾਲਾ ਆਨਸਰ ਮੌਜੂਦ ਹੈ ਮਾਰਕੀਟ 'ਚ ਹਾਂ ਮੈਂ ਅਰਜ਼ ਕਰਾਂ ਕਿ ਦੇਖੋ ਨਾ ਉਹ ਜਿਹੜਾ ਹੈਗਾ ਨਾ ਜਦੋਂ ਅਸੀਂ ਬੀਜ ਬਣਾਉਂਦੇ ਹਾਂ ਨਾ ਜੀ ਤੇ ਬੀਜ ਵਾਸਤੇ ਇੱਕ ਖਾਸ ਸਾਨੂੰ ਫਸਲ ਬੀਜ ਵਾਸਤੇ ਅਲੱਗ ਦਾ ਫਸਲ ਬੀਜਣੀ ਚਾਹੀਦੀ ਹੈ ਸਾਨੂੰ ਅਸੀਂ ਕੀ ਕਰਦੇ ਹਾਂ ਵੀ ਜਿਹੜੀ ਅਸੀਂ ਆਮ ਫਸਲ ਬੀਜਦੇ ਹਾਂ ਉਹ ਤਾਂ ਰੂਹ ਵਾਸਤੇ ਹੁੰਦੀ ਹੈ ਅਸੀਂ ਉਹਦੇ 'ਚ ਵੀ ਕੋਸ਼ਿਸ਼ ਕਰਦੇ ਹਾਂ ਸਾਰੇ ਲੋਕ ਇਸੇ ਤਰ੍ਹਾਂ ਹੀ ਉਹਦੇ ਵਿੱਚੋਂ ਹੀ ਅਸੀਂ ਜਿਹੜਾ ਬੀਜ ਬਣਾ ਲੈਂਦੇ ਹਾਂ ਉਹ ਬੀਜ ਉਸ ਸਟੈਂਡਰਡ ਦਾ ਨਹੀਂ ਹੁੰਦਾ ਜਿੱਦਾਂ ਸਾਡਾ ਹੋਣਾ ਚਾਹੀਦਾ ਅੱਛਾ ਬੀਜ ਬਣਾਉਣ ਵਾਸਤੇ ਮੁੰਡ ਤੋਂ ਹੀ ਅਲੱਗ ਦਾ ਫਸਲ ਲਾਉਣੀ ਪਏਗੀ ਉਹਦਾ ਪੌਦੇ ਤੋਂ ਪੌਦੇ ਦਾ ਫਾਸਲਾ ਜਿਹੜਾ ਉਹ ਜਿਹੜੀ ਆਮ ਫਸਲ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਰੱਖਣਾ ਪਏਗਾ ਤਾਂ ਜੋ ਉਹਦੇ 'ਚ ਹਵਾ ਸਹੀ ਗੁਜ਼ਰੇ ਸਹੀ ਟੀਂਡਿਆਂ ਦੀ ਡਿਵੈਲਪਮੈਂਟ ਉਹਨੂੰ ਖਾਦ ਪਾਣੀ ਪੂਰਾ ਦੇਣਾ ਪਏਗਾ ਉਹਦੀ ਵਿੱਚੋਂ ਜੜੀ ਬੂਟੀਆਂ ਅੱਛੀ ਤਰ੍ਹਾਂ ਜਿਹੜੀਆਂ ਉਹ ਮਤਲਬ ਕੱਢਣੀਆਂ ਪੈਣਗੀਆਂ ਉਹਦੀ ਸਾਰੀ ਪ੍ਰੋਡਕਸ਼ਨ ਟੈਕਨੋਲੋਜੀ ਜਿਹੜੀ ਬੜੀ ਅੱਛੇ ਤਰੀਕੇ ਨਾਲ ਕਰਨੀ ਪਏਗੀ ਫਿਰ ਚੁਣਾਈ ਵੇਲੇ ਜਿਹੜਾ ਨਾ ਦੇਖੋ ਸਾਡੀ ਗਰਮੀ ਬਹੁਤ ਜ਼ਿਆਦਾ ਹੁਣ ਦੇਖੋ ਜੂਨ ਦੇ ਵਿੱਚ ਜੁਲਾਈ ਟੈਂਪਰੇਚਰ ਜਿਹੜਾ ਸਾਡਾ 48 ਡਿਗਰੀ 47 ਡਿਗਰੀ ਟੈਂਪਰੇਚਰ ਹੈ ਅੱਛਾ ਜੀ ਇਸ ਦਰਜਾ ਹਰਾਰਤ ਤੇ ਦੁਨੀਆ 'ਚ ਕਿਧਰੇ ਵੀ ਕਪਾਹ ਨਹੀਂ ਜੇ ਹੁੰਦੀ ਔਰ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਹਾਂ ਉਹਨਾਂ ਨੂੰ ਦੱਸਦੇ ਹਾਂ ਵੀ ਸਾਡੀ ਕਪਾਹ ਤਾਂ ਜਿਹੜਾ 45 ਡਿਗਰੀ ਤੇ 47 ਡਿਗਰੀ ਉਹ ਮੰਨਦੇ ਹੀ ਨਹੀਂ ਉਹ ਕਹਿੰਦੇ ਇੰਨੇ ਦਰਜਾ ਹਰਾਰਤ ਤੇ ਵੀ ਕੋਈ ਫਸਲ ਉੱਗ ਸਕਦੀ ਹੈ ਅਸੀਂ ਆਪਣੀਆਂ ਵਰਾਇਟੀਆਂ ਦੇ ਵਿੱਚ ਇੱਕ ਖਸੂਸੀਅਤ ਪਾਉਂਦੇ ਹਾਂ ਕਿ ਇਹ ਜ਼ਿਆਦਾ ਦਰਜਾ ਹਰਾਰਤ ਨੂੰ ਬਰਦਾਸ਼ਤ ਕਰ ਸਕਣ ਲੇਕਿਨ ਉਹਨਾਂ ਸਾਡੀ ਫੁੱਟੀ ਤਾਂ ਠੀਕ ਹੈ ਫੁੱਟੀ ਹੋ ਗਈ ਕਪਾਹ ਹੋ ਗਈ ਲੇਕਿਨ ਬੀਜ ਜ਼ਿਆਦਾ ਜਿਹੜਾ ਜ਼ਿਆਦਾ ਦਰਜਾ ਹਰਾਰਤ ਹੁੰਦਾ ਜਿਸਲੇ ਉਸਲੇ ਵੀ ਉਹਦਾ ਬੀਜ ਦਾ ਅਗਾਓ ਘੱਟ ਜਾਂਦਾ ਇਸ ਵਾਸਤੇ ਜਿਹੜੇ ਟਿੰਡੇ ਸਾਡੇ ਸਤੰਬਰ ਅਕਤੂਬਰ ਨਵੰਬਰ ਤੇ ਦਸੰਬਰ 'ਚ ਬਣਦੇ ਨੇ ਨਾ ਇਹਨਾਂ ਦਾ ਅਗਰ ਬੀਜ ਰੱਖਿਆ ਜਾਵੇ ਤੇ ਉਹਦਾ ਫਿਰ ਅਗਾਓ ਜਿਹੜਾ ਨਾ ਉਹ ਅੱਛਾ ਹੋਏਗਾ ਇੱਕ ਤਾਂ ਦੇਖੋ ਨਾ ਮੈਂ ਅਰਜ਼ ਕੀਤਾ ਕਿ ਫਸਲ ਜਿਹੜੀ ਹੈਗੀ ਉਹ ਬਿਹਤਰ ਉਹ ਅਲੱਗਦਾ ਹੋਵੇ ਫਿਰ ਇਹ ਬਾਕੀ ਜਿਹੜੀ ਹੈਗੀ ਹੈ ਤੁਸੀਂ ਚੁਣਾਈ ਕੀਤੀ ਹੈ ਬਾਕੀ ਨੂੰ ਪਾਸੇ ਕਰ ਦਿਓ ਇਹ ਜਿਹੜੇ ਮੈਂ ਟਾਈਮ ਦੱਸਿਆ ਇਸ ਟਾਈਮ ਦੇ ਫਿਰ ਇਸ ਤੋਂ ਬਾਅਦ ਸਭ ਤੋਂ ਵੱਡਾ ਸਾਡੇ ਮਸਲਾ ਇਹ ਹੈ ਕਿ ਜਿਹੜੀ ਸਾਡੀ ਮਾਇਸਚਰ ਹੈ ਉਹ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਜਦੋਂ ਕਪਾਹ ਹੁੰਦੀ ਹੈ ਤੁਹਾਨੂੰ ਪਤਾ ਕਪਾਹ ਦਾ ਜਿਹੜਾ ਇਲਾਕਾ ਸਾਡਾ ਸਾਰਾ ਇਹ ਜਿਹੜਾ ਸਾਊਥ ਪੰਜਾਬ ਹੈ ਇਹਦੇ 'ਚ ਜਿਹੜੀ ਨਾ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਨੂੰ ਵੇਖਦੇ ਹੋ ਕਿ ਜਿਹੜਾ ਹੈਗਾ ਗਰਮੀ ਅਤੇ ਉਹਦੇ ਨਾਲ ਨਾਲ ਫਿਰ ਜਿਹੜਾ ਹੈਗਾ ਆ ਉਹ ਹਬਸ
बहुत ज्यादा होंगी। अच्छा नमी जो ज्यादा होंगे साडे बीज दे विच भी नमी ज्यादा है, साडा बीज जिहड़ा इहदे विच 11% 12% जिहड़ी है ना वह नमी होंगी है जो असीं स्टोर करते हैं। ठीक है। अच्छा अच्छा बीज रखने लई 8% ते 9% नमी चाहिए। अच्छा अच्छा अभी बी शक अच्छा चुन लें ओनू मतलब है कि भाई अच्छी चुनाई होगी वो वलाई जो अभी स्टोर करते हैं तो साड़ी जर्मीनेशन रोज बरोज घटती जा रही होंगी है क्योंकि वो नमी ज्यादा होंगी है उधरों गर्मी होंगी है तो वह फिर जो बिजाई का मौसम बिजाई तो मौसम हम जिस तरह असल मौसम तो होना है चलो जो कोई अगेती बीजेगा मार्च च बीज लेगा दोस्त डॉक्टर साहब देखो इस वे ट्रेंड चलता है पाया अर्ली काश्त आने जी साढ़े कई दोस्तों ने तो इन टनल च भी लाना शुरू करता है। बिल्कुल ये गल ठीक है, ये बिल्कुल ठीक है लेकिन असी रिकमेंड नहीं असी कहें कि टनल च ना लाओ। मैं अर्ज करना मैं देखो जिमीदार नू जिमीदार असी सिखाने वास्ते जो जाते हैं ना उन्होंने चौर साहब थोड़ी गल्ला बड़िया चंगी ने थोड़ियां गल्लां लाजिक दे जरूर करीब होणगियां लेकिन मैं पिछले साल लाई सी तो उहदा मैनूं ऐ नतीजा आया कि 70 मण कपाह ले ली 80 मण कपाह चोड़ ली और दूजा उन्हें कहा जी कि असी बीटी कॉटन नू अर्ली टनल दे विच काश करके अज मतलब मार्च अप्रैल च बजाय बीजन दे असी समझना कि चुक के पौधे उत्थे ला देंगे तो साडा टाइम जिहड़ा है वो बच जाएगा उसकी वेजिटेटिव ग्रोथ जिहड़ी है उस स्पीड अप होके ते वो उसकी मतलब उसकी मिल जल्दी आ जाएगी। लेकिन मैं उसे मैं अर्ज करा देखो ना ये वक्ती सोच है साड़ी क्योंकि देखो साइंटिफिकली रीजन हाँ मैं यही दस अर्ज करता कि देखो जिहड़ा हैगा ना ये वक्ती तौर से तो पैदावार वध गई कोई शक नहीं जिस तरह तुसीं फरमाउंदे जिस तरह मैं अर्ज किया कि जिन्ना इहदा जिहड़ा वो खेत दे विच वक्फा वधाउंदे जाओगे कपाह एक 6 महीने की फसल है दूजे की 8 महीने की फसल है तीजे की 11 महीने की जहर उहदा पैदावार वधेगी लेकिन एक साल तो तुहाडी वध गई ठीक है लेकिन इहदे नाल जिहड़े कीड़े ते बाकी चीजां सारियां वो कंटिन्यू कर गई पिछली फसल के कीड़े अगली फसल हूं वेखो जिन्हें लोगों ने अगेती बीजी हुई है हूँ लोगों ने टेलीफोन आते हर कीड़ा उगदी नहीं पैन लग पाया हूँ इस वे खेतों के थ्रिप्स भी मौजूद है वो जिंदी जी है सारे जिन्हें कीड़े ने संबंध सारे क्योंकि उगदी असी पिछले जरा कंटिन्यू जो लगातार देखो ना दिसंबर जनवरी तक तो अभी पुरानी फसल रखते हैं उधरों फिर टनल वो खलोती है टनल च बीज सारे कीड़े सारिया बीमारियां अगली फसल के उत्ते मतलब सिर्फ एक लाज जी समझ आई है पी कि असी अगर मतलब देखो ना अज तो 10 साल 15 साल पहले चल जाइए जनाब छिटियां बाल दो मुंड दब दो है जी असी कहने के जनाब मई तो मई दे काश शुरू करा अच्छा उस सिर्फ एक आसपैक्ट है कि जनाब जिहड़े कीड़े ने इन्हां दी नसल नूं ब्रेक डाउन करन वास्ते देखो ना एक वैसे भी जो ठंड आ जाती है साढ़े वो कीड़े जिन्हें गर्मियों के हबस के 7 दिन च अपने लाइफ साइकिल कंप्लीट करना है वो ये वैसे नैचुरली भी बड़ा प्रलोंग हो जाता है। बिल्कुल। और दूसरी गल जिहड़ी असी लोग टनल फार्म्स दे विच कपाह ला रहे हैं और उस तो बाद उन्होंने खिंच लिया रहे हैं इहदे पिछे कोई आइडिया जिहड़ी मैनूं समझ आई है कि ओह वे कीड़े मकोड़ियां दे साइकिल नूं तोड़ना। गलबात करदे हां छोटी जी ब्रेक तों बाद।